ਕੱਲ੍ਹ ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਪੰਜਾਬ ਭਰ ਸਣੇ ਦੁਨੀਆ 'ਚ ਵੀ ਚਰਚਾ ਭਖ ਚੁੱਕੀ ਹੈ ਕਿ ਆਖਿਰਕਾਰ ਐਸਾ ਕਿਉਂ ਹੋਇਆ, ਕੀ ਇਸ ਦੇ ਪਿੱਛੇ ਕੋਈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਸੀ, ਕੀ ਇਹ ਇੱਕ ਆਮ ਤੌਰ 'ਤੇ ਭਾਵਨਾਵਾਂ ਦੇ ਵਿੱਚ ਆ ਕੇ ਵਾਪਰੀ ਹੋਈ ਘਟਨਾ ਹੈ ਜਾਂ ਫਿਰ ਇਸ ਸਭ ਦੇ ਪਿੱਛੇ ਕਹਾਣੀ ਹੀ ਕੁਝ ਹੋਰ ਹੈ। ਇਹ ਸਭ ਨੂੰ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਨਾਲ ਅੱਜ ਮੌਜੂਦ ਨੇ ਅਮਰਪਾਲ ਸਿੰਘ ਬੈਂਸ, ਜੋ ਕਿ ਪੱਤਰਕਾਰੀ ਦੇ ਖੇਤਰ ਦੇ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੀਨੀਅਰ ਜਰਨਲਿਸਟ ਨੇ ਕਾਫੀ ਕੁਝ ਉਹਨਾਂ ਨੇ ਪੰਜਾਬ ਦੇ ਵਿੱਚ ਹੁੰਦਾ ਦੇਖਿਆ ਅਤੇ ਕੰਗਣਾ ਨੇ ਇੱਕ ਗੰਭੀਰ ਇਲਜ਼ਾਮ ਲਗਾਇਆ ਕਿ ਪੰਜਾਬ 'ਚ ਜੋ ਉਗਰਵਾਦ ਦੀ ਸਥਿਤੀ ਹੈ ਉਸ ਨੂੰ ਕਿਵੇਂ ਤੁਸੀਂ ਕੰਟਰੋਲ ਕਰੋਗੇ, ਜਦਕਿ ਐਸਾ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੈ, ਇਸ ਨੂੰ ਬਾਖੂਬੀ ਤੌਰ 'ਤੇ ਕਿਹਾ ਜਾ ਸਕਦਾ। ਪਹਿਲਾਂ ਤਾਂ ਸਮਝਦੇ ਹਾਂ ਕਿ ਆਖਿਰਕਾਰ ਕੰਗਣਾ ਦੇ ਬਿਆਨ ਦੇ ਅਰਥ ਕੀ ਨੇ ਜਦ ਇਹ ਸਾਰੀ ਘਟਨਾ ਵਾਪਰੀ ਹੈ। ਬੈਂਸ ਸਰ, ਕਿਵੇਂ ਸਮਝੀਏ ਇਸ ਚੀਜ਼ ਨੂੰ, ਕਿਉਂਕਿ ਜਦ ਕੰਗਣਾ ਰਣੌਤ ਇੱਥੇ ਪਹੁੰਚੀ ਉਸ ਤੋਂ ਬਾਅਦ ਦੇ ਵਿੱਚ ਉਸਨੇ ਕਾਫੀ ਗੰਭੀਰ ਇਲਜ਼ਾਮ ਲਗਾਏ, ਹਾਲਾਂਕਿ MP ਬਣ ਚੁੱਕੇ ਨੇ ਅਤੇ ਉਸ ਤੋਂ ਸਾਰੇ ਪੰਜਾਬੀਆਂ ਨੂੰ ਇਸ ਤਰ੍ਹਾਂ ਕਿਹਾ ਜਾਣਾ ਕੀ ਜਾਇਜ਼ ਹੈ? ਦੇਖੋ, ਸਭ ਤੋਂ ਪਹਿਲਾਂ ਅਸੀਂ ਇਸ ਘਟਨਾ ਦੇ ਪਿਛੋਕੜ ਵੱਲ ਜਾਈਏ ਕਿ ਇਹ ਘਟਨਾ ਵਾਪਰਦੀ ਕਿਉਂ ਹੈ। ਪੰਜਾਬੀ ਦੇ ਵਿੱਚ ਕਹਾਵਤ ਹੈ ਵੀ ਤੂੰ ਕੌਣ ਮੈਂ ਖਾਮ ਖਾ। ਕੰਗਣਾ ਨੇ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਅਤੇ ਇੱਕ ਬਹੁਤ ਗੰਭੀਰ ਇਲਜ਼ਾਮ ਪੰਜਾਬ ਦੀਆਂ ਜਿਹੜੀਆਂ ਮਹਿਲਾ ਕਿਸਾਨਾਂ ਨੇ ਉਹਨਾਂ ਦੇ ਲਗਾਇਆ ਸੀ ਕਿ 100-100 ਰੁਪਏ ਦਿਹਾੜੀ ਦੇ ਲੈ ਕੇ ਇਹ ਕਿਸਾਨਾਂ ਜਿਹੜੀਆਂ ਨੇ ਮਹਿਲਾਵਾਂ ਨੇ ਮੋਰਚੇ ਦੇ ਵਿੱਚ ਆਉਂਦੀਆਂ ਨੇ। ਉਸ ਤੋਂ ਬਾਅਦ ਜਿਹੜੀਆਂ ਕਿਸਾਨ ਮਹਿਲਾਵਾਂ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਗੁੱਸਾ ਫੈਲ ਗਿਆ ਸੀ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਵੀ, ਯੂਪੀ ਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਸੀ। ਉਸ ਤੋਂ ਬਾਅਦ ਜਦੋਂ ਕੰਗਣਾ ਰਣੌਤ ਮਨਾਲੀ ਜਿੱਥੇ ਰਹਿੰਦੇ ਨੇ ਉਹ ਇੱਥੋਂ ਸੜਕ ਰਸਤੇ ਜਾਂਦੇ ਤਾਂ ਕੀਰਤਪੁਰ ਸਾਹਿਬ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਘਰਾਓ ਵੀ ਹੋਇਆ ਸੀ, ਮਹਿਲਾਵਾਂ ਨੇ ਕੀਤਾ ਸੀ ਅਤੇ ਉਸ ਸਮੇਂ ਜਿਹੜਾ ਮਾਮਲਾ ਹੈ ਪੁਲਿਸ ਨੇ ਵਿੱਚ ਪੈ ਕੇ ਜਿਹੜਾ ਹੈ ਕਿ ਉਸ ਨੂੰ ਸੁਲਝਾ ਦਿੱਤਾ ਸੀ ਅਤੇ ਉਸਦਾ ਜਿਹੜਾ ਘਰਾਓ ਹੈ ਉਹ ਰੁਕਵਾ ਦਿੱਤਾ ਸੀ। ਤਾਂ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਕਿ ਤੂੰ ਕੌਣ ਮੈਂ ਖਾਮ ਖਾ, ਤਾਂ ਕੰਗਣਾ ਰਣੌਤ ਹੈ ਜਿਹੜੀ ਕਿਸਾਨ ਅੰਦੋਲਨ ਦੇ ਉੱਤੇ ਉਹ ਉਹਨੇ ਉਂਗਲੀ ਕਿਉਂ ਚੁੱਕੀ? ਚਲੋ ਠੀਕ ਹੈ ਜੀ, ਚਲੋ ਜੀ, ਚਲੋ ਇੱਕ ਮਿੰਟ, ਕਲਾਕਾਰ ਤਾਂ ਸਭ ਦੇ ਸਾਂਝੇ ਹੁੰਦੇ ਨੇ ਅਤੇ ਦੂਸਰੇ ਪਾਸੇ ਜਿਹੜੀ ਮਾਇਆ ਨਗਰੀ ਹੈ ਮੁੰਬਈ ਦੇ ਵਿੱਚ, ਉੱਥੇ ਜਿਹੜੀ ਮਾਇਆ ਨਗਰੀ ਦੇ ਵਿੱਚ ਆਪਣੇ ਆਪ ਨੂੰ ਪ੍ਰਸਿੱਧ ਕਰਨ ਦੇ ਲਈ ਅਜਿਹੀਆਂ ਜਿਹੜੀਆਂ ਹੈ ਗੱਲਾਂ ਉਹ ਕਹੀਆਂ ਜਾਂਦੀਆਂ ਰਹੀਆਂ ਨੇ ਅਤੇ ਕਿਤੇ ਨਾ ਕਿਤੇ ਜਿਹੜੀ ਉਹ ਪ੍ਰਸਿੱਧੀ ਹਾਸਲ ਵੀ ਹੋ ਜਾਂਦੀ ਆ। ਲੇਕਿਨ ਜੇਕਰ ਦੂਸਰੇ ਸੰਦਰਭ ਦੇ ਵਿੱਚ ਦੇਖੀਏ ਕਿਸਾਨ ਅੰਦੋਲਨ, ਕਿਉਂਕਿ ਉਹ ਤਾਂ ਪੰਜਾਬ ਦੇ, ਹਰਿਆਣਾ ਦੇ, ਯੂਪੀ ਦੇ ਲੋਕਾਂ ਦੇ, ਕਿਸਾਨਾਂ ਦੇ, ਪੂਰੇ ਦੇਸ਼ ਦੇ ਸੈਂਟੀਮੈਂਟਸ ਜੁੜੇ ਹੋਏ ਸੀ। ਤੁਸੀਂ ਉੱਥੇ ਅਜਿਹੀਆਂ ਜਿਹੜੀਆਂ ਗੱਲਾਂ ਕਰਨੀਆਂ ਤਾਂ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ। ਅਤੇ ਹੁਣ ਗੱਲ ਕਰੀਏ ਜਿਹੜੀ ਕੱਲ੍ਹ ਘਟਨਾਕ੍ਰਮ ਜਿਹੜੀ ਕਿ ਚੰਡੀਗੜ੍ਹ ਏਅਰਪੋਰਟ 'ਤੇ ਵਾਪਰੀ ਆ, ਉਸ ਦੇ ਵਿੱਚ ਭਾਵੇਂ ਕਿ ਅਜੇ ਤੱਕ ਜਿਹੜਾ ਹੈ ਥੱਪੜ ਮਾਰਨ ਦਾ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਇਆ, ਸਾਰਾ ਹੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਦੇਖਿਆ ਹੈ, ਹੋਰ ਵੀ ਸਾਰੇ ਚੈਨਲਾਂ ਦੇ ਉੱਤੇ ਦੇਖਿਆ ਹੈ। ਇਹ ਸਿਰਫ ਕੰਗਣਾ ਰਣੌਤ ਦੁਆਰਾ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਇਹ ਘਟਨਾ ਵਾਪਰੀ ਕਿਉਂ ਹੈ, ਇਸ ਦੇ ਪਿੱਛੇ ਵੀ ਜੋ ਤੱਥ ਸਾਹਮਣੇ ਆ ਰਹੇ ਨੇ ਕਿ ਜਦੋਂ ਕੰਗਣਾ ਰਣੌਤ ਬਤੌਰ MP ਚੁਣੇ ਜਾਣ ਤੋਂ ਬਾਅਦ ਦਿੱਲੀ ਜਾ ਰਹੇ ਸਨ ਤਾਂ ਉਹਨਾਂ ਦੀ ਉੱਥੇ ਉਹਨਾਂ ਨੂੰ ਤਲਾਸੀ ਵਗੈਰਾ ਲੈਣ ਦੇ ਲਈ ਜਿਹੜਾ ਹੈ CISF ਦੇ ਜਿਹੜੇ ਮੁਲਾਜ਼ਮਾਂ ਨੇ
ਰੋਕਿਆ ਹੈ। ਉਸ ਤੋਂ ਬਾਅਦ ਜਿਹੜੀ ਤਲਖੀ ਹੈ ਉੱਥੇ ਹੋਣ ਦੀਆਂ ਜਿਹੜੀਆਂ ਸੂਚਨਾਵਾਂ ਨੇ ਉਹ ਸਾਹਮਣੇ ਆਈਆਂ ਨੇ। ਉਸ ਤੋਂ ਬਾਅਦ ਇਹ ਕੀ ਘਟਨਾ ਹੋਈ ਹੈ, ਕਿਸ ਤਰੀਕੇ ਦੇ ਨਾਲ ਇਹ ਜੋ ਕੁਛ ਵਾਪਰਿਆ ਹੈ ਉਹ ਅਜੇ ਤੱਕ ਜਾਂਚ ਦਾ ਵਿਸ਼ਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਲੇਕਿਨ ਦੂਸਰੇ ਪਾਸੇ ਇਸ ਗੱਲ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਘਟਨਾ ਵਾਪਰੀ ਕਿਉਂ ਹੈ। ਔਰ ਘਟਨਾ ਵਾਪਰਨ ਤੋਂ ਬਾਅਦ ਕੰਗਣਾ ਰਣੌਤ ਦਾ ਇੱਕ ਜਿਹੜਾ ਬਿਆਨ ਹੈ ਉਹ ਸਾਹਮਣੇ ਆਉਂਦਾ ਕਿ ਪੰਜਾਬ ਨੂੰ ਲੈ ਕੇ ਪੰਜਾਬ ਵਿੱਚ ਉਗਰਵਾਦ ਫੈਲ ਰਿਹਾ ਹੈ। ਵਿਆਹ ਤਾਂ ਜਾਏਗਾ ਮੈਡਮ, ਥੋੜ੍ਹਾ ਇੱਕ ਸੈਕਿੰਡ, ਆਪਾਂ ਵੇਟ ਕਰਨਾ ਪੜੇਗਾ ਥੋੜ੍ਹੇ, ਕੋਈ ਬਾਤ ਨਹੀਂ, ਸਭ ਇਸ ਤੋਂ नमस्ते दोस्तों, मुझे बहुत ज़्यादा फ़ोन कॉल्स आ रहे हैं मीडिया के भी और मेरे शुभचिंतकों के भी। सबसे पहले तो आई एम सेफ, आई एम परफेक्टली फाइन। आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ। वहाँ पे मैं सिक्योरिटी चेक करके जैसे ही निकली तो दूसरे कैबिन में जो महिला थी, जो सुरक्षा कर्मचारी थी CISF की, उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी। और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं। और आई एम सेफ बट माय कंसर्न इज़ कि जो आतंकवाद और उग्रवाद पंजाब में बढ़ रहा है, हाउ डू वी हैंडल दैट। पहला वो कलाकार सी, हुण वो चुने हुए नुमाइंदे ने लोगों के, तो उन्होंने ਅਜਿਹੇ ਜਿਹੜੇ ਬਿਆਨ ਹੈ ਉਹ ਸੋਚ ਸਮਝ ਕੇ ਦੇਣੇ ਚਾਹੀਦੇ ਨੇ ਯਾਰ, ਉਹਨਾਂ ਤੋਂ ਚਾਹੀਦਾ ਕਿ ਪਰਹੇਜ਼ ਕਰਨਾ। ਔਰ ਖਾਸ ਕਰਕੇ ਕਿਉਂਕਿ ਉਹ ਤਾਂ ਹਿਮਾਚਲ ਤੋਂ ਚੁਣੇ ਨੇ, ਹਿਮਾਚਲ ਦੇ ਬਾਰੇ ਉਹ ਬਹੁਤ ਕੁਝ ਬੋਲ ਸਕਦੇ ਨੇ, ਪੰਜਾਬ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕਿਉਂ ਕਹੀ ਹੈ, ਇਹ ਵੀ ਇੱਕ ਸਵਾਲ ਹੈ, ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਇੱਥੇ ਦੇਖੀਏ ਬੈਂਸੀ ਤਾਂ ਜੋ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਕੁਲਵਿੰਦਰ ਦੇ ਬਿਆਨ ਵੀ ਆਪਣੇ ਕੋਲ ਸਾਹਮਣੇ ਆਏ ਨੇ, ਬਿਆਨ ਕੰਗਣਾ ਦੇ ਵੀ ਸਾਹਮਣੇ ਆਏ। ਕੁਲਵਿੰਦਰ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਇੱਥੇ ਜੋ ਕਿਸਾਨ ਅੰਦੋਲਨ ਦੇ ਵੇਲੇ ਦੀ ਗੱਲ ਹੈ ਕਿ 100-100 ਰੁਪਏ 'ਚ ਤੁਸੀਂ ਕਿਹਾ ਕਿ ਸਾਡੀਆਂ ਜੋ ਮਾਤਾਵਾਂ ਨੇ, ਸਾਡੀਆਂ ਜੋ ਬੀਬੀਆਂ ਨੇ ਉਹ ਧਰਨੇ 'ਚ ਬਹਿੰਦੀਆਂ ਨੇ, ਕਿਉਂਕਿ ਐਸੀ ਹੀ ਕੰਗਣਾ ਨੇ ਉਦੋਂ ਇੱਕ ਪੋਸਟ ਪਾਈ ਸੀ, ਬੜੀ ਕਿਰਕਰੀ ਵੀ ਹੋਈ, ਘੇਰੀ ਵੀ ਗਈ ਸੀ ਜਿਵੇਂ ਕਿ ਤੁਸੀਂ ਦੱਸਿਆ ਵੀ। ਉਸ ਤੋਂ ਬਾਅਦ ਦੇ ਵਿੱਚ ਜੋ ਵੀਡੀਓ ਸਾਹਮਣੇ ਆਈ ਅਤੇ ਇੱਕ ਵਿਅਕਤੀ ਜੋ ਹੈ ਥੱਪੜ ਕਿਸੇ ਹੋਰ ਨੂੰ ਮਾਰਦਾ ਹੀ ਦਿਖਾਈ ਦੇ ਰਿਹਾ, ਇੱਕ ਕੋਈ ਕਾਲੀ ਕਮੀਜ਼ ਦੇ ਵਿੱਚ ਉੱਥੇ ਲੜਕੀ ਹੈ ਜਿਵੇਂ ਕਿ ਪਿੱਠ ਦੇ ਉੱਤੇ ਉਸਦੇ ਕੋਈ ਮਾਰ ਰਿਹਾ ਹੋਵੇ, ਇੱਦਾਂ ਦਿਖਾਈ ਦਿੰਦਾ। ਅਤੇ ਦੂਸਰੇ ਪਾਸੇ ਜੇਕਰ ਦੇਖੀਏ ਤਾਂ ਕੰਗੜਾ ਦੀ ਵੀਡੀਓ ਸਾਹਮਣੇ ਆ ਗਈ ਕਿ ਮੈਨੂੰ ਥੱਪੜ ਉਦੋਂ ਮਾਰਿਆ ਜਦੋਂ ਮੈਂ ਉੱਥੋਂ ਗੁਜ਼ਰ ਰਹੀ ਸੀ ਸਿਕਿਉਰਟੀ ਚੈੱਕ 'ਤੇ, ਕਹਿੰਦੀ ਵੀ ਜਦੋਂ ਮੈਂ ਗੁਜ਼ਰੀ ਅਤੇ ਨਾਲੋਂ ਨਾਲ ਮੇਰੇ ਇੱਕੋ ਦਮ ਆ ਕੇ ਉਸਨੇ ਥੱਪੜ ਮਾਰਿਆ, ਜਦ ਮੈਂ ਪੁੱਛਿਆ ਤਾਂ ਕਹਿੰਦੀ ਕਿਸਾਨ ਅੰਦੋਲਨ ਕਰਕੇ ਮਾਰਿਆ। ਇਸ ਤੋਂ ਬਾਅਦ ਕੰਗਣਾ ਨੇ ਇਹਨੂੰ ਸਾਰਿਆਂ ਨੂੰ ਚੱਕ ਕੇ ਲਿੰਕ ਕਰਤਾ। ਪਰ ਇੱਕ ਗੱਲ ਹੈ, ਜੇਕਰ ਘਟਨਾ ਵਾਪਰੀ ਸੀ, ਇੱਕ CISF ਦੇ ਅਧਿਕਾਰੀ ਦੇ ਨਾਲ ਗੱਲ ਹੋਈ ਹੈ, ਸਾਰੇ ਪੰਜਾਬੀਆਂ ਨੂੰ ਕਿਉਂ ਇਸ ਦੇ ਲਈ ਜ਼ਿੰਮੇਵਾਰ ਠਹਿਰਾਤਾ, ਅਤੇ ਪੰਜਾਬ ਦੇ ਵਿੱਚ ਉਗਰਵਾਦ ਦੇ ਦੋਸ਼ ਐਸੇ ਸਮੇਂ 'ਚ ਲਾਉਣੇ ਜਦ BJP ਦੀ ਕਾਫੀ ਵੱਡੀ ਹਾਰ ਹੋਈ ਹੈ ਪੰਜਾਬ ਦੇ ਵਿੱਚ, ਕੀ ਲੱਗਦਾ ਕਿ ਧਿਆਨ ਭਟਕਾਉਣ ਦੀ ਇੱਕ ਸਾਜਿਸ਼ ਵੀ ਹੋ ਸਕਦੀ ਹੈ ਕਿ ਉਸ ਤੋਂ ਧਿਆਨ ਭਟਕਾ ਕੇ ਇਸ ਪਾਸੇ ਨੂੰ ਹੋ ਜਾਏ ਇੱਕ ਵਿਵਾਦ ਵੱਡਾ ਜੋ ਕਿ ਸਭ ਕੁਝ ਆਪਣੇ ਅਗੋਸ਼ ਦੇ ਵਿੱਚ ਲੈ ਗਏ? ਦੇਖੋ, ਜਿਹੜੇ ਫਿਲਮੀ ਕਲਾਕਾਰ ਹੁੰਦੇ ਨੇ ਇਹਨਾਂ ਨੂੰ ਗਲੈਮਰ ਦੇ ਵਿੱਚ ਰਹਿਣ ਦੇ ਵਾਸਤੇ ਇਹ ਮਾਇਆ ਨਗਰੀ ਦੇ ਵਿੱਚ ਇਸ ਤਰ੍ਹਾਂ ਤਰੀਕੇ ਦੇ ਜਿਹੜੇ ਬਿਆਨਬਾਜ਼ੀ ਆ ਉਹ ਕਰਦੇ ਰਹਿੰਦੇ ਨੇ। ਉਸ ਦੇ ਨਾਲ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ੍ਹ, ਔਰ ਜਿਹੜੀ ਕੋਈ ਨਾ ਕੋਈ ਛੋਟੀ ਜਿਹੀ ਘਟਨਾ ਨੂੰ ਤੂਲ ਦੇ ਕੇ ਉਹ ਅੱਗ ਵਾਂਗੂ ਪੂਰੇ ਸੰਸਾਰ 'ਚ ਫੈਲ ਜਾਂਦੀ ਆ, ਉੱਥੇ ਤਾਂ ਉਹਨਾਂ ਨੂੰ ਮਾਇਆ ਨਗਰੀ ਦੇ ਵਿੱਚ ਤਾਂ ਉਹ ਪਾਪੂਲਰ ਹੋ ਸਕਦੇ ਨੇ, ਲੇਕਿਨ ਜਦੋਂ ਆਪਾਂ ਹੁਣ ਚੁਣੇ ਹੋਏ ਨੁਮਾਇੰਦੇ ਹਾਂ, ਚੁਣੇ ਹੋਏ ਨੁਮਾਇੰਦੇ ਦੇ ਜਨਤਾ ਦੇ ਪ੍ਰਤੀ ਬਹੁਤ ਵੱਡੇ ਫਰਜ਼ ਹੁੰਦੇ ਨੇ, ਉਹਨਾਂ ਨੇ ਸੱਤਾ ਚਲਾਉਣੀ ਔਰ ਖਾਸ ਕਰਕੇ BJP ਦੇ ਨਾਲ ਸੰਬੰਧਿਤ ਨੇ ਕੰਗਣਾ ਰਣੌਤ ਔਰ BJP ਦੀ ਸਰਕਾਰ ਬਣਨ ਜਾ ਰਹੀ ਹੈ ਔਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਹੁੰ ਚੁੱਕਣ ਜਾ ਰਹੇ ਨੇ ਔਰ ਉਸ ਪਾਰਟੀ ਦਾ ਦੀ ਨੁਮਾਇੰਦਾ ਹੈ ਉਹ ਜਿਸ ਨੇ ਸੱਤਾ ਚਲਾਉਣੀ ਆ ਔਰ ਉਸ ਜਿਹੜੀ ਨੁਮਾਇੰਦਾ ਹੈ ਉਸਨੂੰ ਅਜਿਹੇ ਬਿਆਨ ਦੇਣੇ ਕਿ ਪੰਜਾਬ ਦੇ ਵਿੱਚ ਉਗਰਵਾਦ ਫੈਲ ਰਿਹਾ ਹੈ ਸਿਰਫ ਇੱਕ ਇੰਡੀਵਿਜੁਅਲ ਘਟਨਾ ਨੂੰ ਲੈ ਕੇ ਚਾਹੇ ਹਾਲਾਂਕਿ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਉਸ ਲੜਕੀ ਨੇ ਵੀ ਕਿਹਾ ਹੈ ਕਿ ਮੇਰੀ ਮਾਂ ਵੀ ਉਸ ਸਮੇਂ ਧਰਨੇ ਦੇ ਵਿੱਚ ਬੈਠੀ ਸੀ ਲੇਕਿਨ ਕਿਤੇ ਨਾ ਕਿਤੇ ਇਹ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਕਿ ਕਿਆ ਉਸਦੇ ਥੱਪੜ ਮਾਰਿਆ ਹੈ ਜਾਂ ਉਹਦੇ ਨਾਲ ਬਦਸਲੂਕੀ ਕੀਤੀ ਹੈ ਤਾਂ ਇਸ ਦੇ ਬਾਰੇ ਜਿਹੜੀ ਹੈ ਉੱਚ ਪੱਧਰੀ ਜਿਹੜੀ ਜਾਂਚ ਵੀ ਹੋਣੀ ਚਾਹੀਦੀ ਹੈ ਔਰ ਇਹ ਘਟਨਾ ਕਿਉਂ ਵਾਪਰੀ ਕਿ ਸਿੱਧਾ ਹੀ ਉਹਦੇ ਥੱਪੜ ਮਾਰ ਦਿੱਤਾ ਗਿਆ ਜਾਂ ਕਿ ਕੋਈ ਇਸ ਤਰ੍ਹਾਂ ਦੀ ਤਲਖੀ ਹੋਈ ਹੈ ਕਿਸੇ ਜਾਂਚ ਨੂੰ ਲੈ ਕੇ ਤਲਖੀ ਹੋਈ ਹੈ ਇਸ ਦੇ ਬਾਰੇ ਵੀ ਦੋਨੇ ਪੱਖਾਂ ਨੂੰ ਦੇਖਣਾ ਚਾਹੀਦਾ ਲੇਕਿਨ ਬਿਆਨਬਾਜ਼ੀ ਤੋਂ ਜਿਹੜਾ ਗਰੇਜ਼ ਕਰਨਾ ਚਾਹੀਦਾ ਔਰ ਖਾਸ ਕਰਕੇ ਜਿਹੜੀਆਂ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਉਸਦੇ ਦੁਆਰਾ ਵੀ ਇਹ ਵੱਡਾ ਪ੍ਰਤੀਕਰਮ ਇਹ ਜ਼ਾਹਿਰ ਕੀਤਾ ਗਿਆ ਕਿ ਪੰਜਾਬੀਆਂ ਨੂੰ ਆਤੰਕਵਾਦੀ ਜਾਂ ਉਗਰਵਾਦੀ ਜਾਂ ਕਿਸੇ ਫਿਰਕੂ ਵੰਡੀਆਂ ਦੇ ਵਿੱਚ ਪਾਉਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ ਪੰਜਾਬੀ ਹੈ ਦੇਸ਼ ਭਗਤ ਨੇ ਸਰਹੱਦਾਂ 'ਤੇ ਰਾਖੀ ਕਰਦੇ ਨੇ ਹਰ ਮਹੀਨੇ ਪੇਟੀਆਂ ਦੇ ਵਿੱਚ ਬੰਦ ਹੋ ਕੇ ਲਾਸ਼ਾਵਾਂ ਆਉਂਦੀਆਂ ਨੇ ਪੰਜਾਬੀਆਂ ਦੀਆਂ ਤਾਂ ਪੰਜਾਬੀਆਂ ਦੇ ਬਾਰੇ ਇੱਕ ਕਲਾਕਾਰ ਹੋਣ ਦੇ ਨਾਤੇ ਇੱਕ MP ਹੋਣ ਦੇ ਨਾਤੇ ਅਜਿਹੀ ਟਿੱਪਣੀ ਕਰਨੀ ਔਰ ਸ਼੍ਰੋਮਣੀ ਕਮੇਟੀ ਨੇ ਵੀ ਇਸ 'ਤੇ ਵੱਡਾ ਇਤਰਾਜ਼ ਹੈ ਜਿਹੜਾ ਕੰਗਣਾ ਰਾਣਾਵਤ ਦੇ ਬਿਆਨ 'ਤੇ ਜਤਾਇਆ ਹੈ ਔਰ ਮੈਂ ਤਾਂ ਇਹ ਸਮਝਦਾ ਕਿ ਇਸ ਘਟਨਾ ਦੀ ਜਿਹੜੀ ਹੈ ਨਾ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਵੇ ਕਿ ਇਹ ਵਾਪਰੀ ਕਿਉਂ ਹੈ ਤਾਂ ਜਿਵੇਂ ਕਿ ਬੈਂਸਰ ਨੇ ਵੀ ਸਾਨੂੰ ਦੱਸਿਆ ਕਿ ਅਸੀਂ ਗੱਲ ਕਰ ਰਹੇ ਸੀ ਇਸੇ ਪੂਰੇ ਮੁੱਦੇ ਦੇ ਉੱਤੇ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੀ ਅਜੇ ਤੱਕ ਕੁਲਵਿੰਦਰ ਨਾਲ ਗੱਲ ਤਾਂ ਨਹੀਂ ਹੋਈ ਹੈ ਪਰ ਜਿੱਥੇ ਵੀ ਇਹ ਘਟਨਾ ਸਾਹਮਣੇ ਆਈ ਤਾਂ ਉਹ ਜਦ ਚੈਕਿੰਗ ਦੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਤਲਖੀ ਹੋਈ ਕਿਉਂਕਿ ਉਦੋਂ ਜਦ ਚੈਕਿੰਗ ਦੇ ਵੇਲੇ ਜਾਂਦੇ ਹਾਂ ਤਾਂ ਅਸੀਂ ਸਾਰੇ ਜਾਣਦੇ ਕਿ ਕਿਸ ਤਰੀਕੇ ਦੇ ਨਾਲ ਜੋ ਤੁਹਾਡਾ ਸਮਾਨ ਹੈ ਲਗੇਜ ਹੈ ਉਹ ਤੁਹਾਡੇ ਤੋਂ ਅਲੱਗ ਹੁੰਦਾ ਪਹਿਲਾਂ ਤੋਂ ਹੀ ਉਸ ਤੋਂ ਬਿਨਾਂ ਤੁਹਾਡੇ ਕੋਲ ਜੋ ਵੀ ਉੱਥੇ ਵਸਤੂਆਂ ਹੁੰਦੀਆਂ ਨੇ ਉਹਨਾਂ ਦੀ ਇੱਕ ਟਰੇਜ ਪਾ ਕੇ ਜਾਂਚ ਉਦੋਂ ਕੀਤੀ ਜਾਂਦੀ ਹੈ ਇਸ ਸਭ ਦੇ ਦੌਰਾਨ ਹੀ ਜੋ ਤਲਖੀ ਹੋਈ ਹੈ ਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਕੰਗਣਾ ਨੇ ਇਹ ਤਾਂ ਕਿਹਾ ਕਿ ਮੈਂ MP ਹਾਂ ਅਤੇ ਇਸ ਤਰੀਕੇ ਨਾਲ ਮੇਰੀ ਜਾਂਚ ਨਹੀਂ ਹੋਣੀ ਚਾਹੀਦੀ ਤਾਂ ਇਲਜ਼ਾਮ ਤਾਂ ਕੰਗਣਾ 'ਤੇ ਵੀ ਲੱਗੇ ਨੇ ਦੂਸਰੇ ਪਾਸੇ ਜੇਕਰ ਕਿਸਾਨ ਅੰਦੋਲਨ ਨੂੰ ਲੈ ਕੇ ਗੱਲ ਹੈ ਤਾਂ ਫਿਰ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤੇ ਸੀ ਕਿਸਾਨ ਤੋਂ ਉਗਰਵਾਦੀ ਕਹਿਣ ਤੱਕ ਗੱਲ ਕਿੱਥੇ ਚਲੇਗੀ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਕਿਰਕਰੀ ਕੰਗਣਾ ਦੀ ਕਾਫੀ ਹੋ ਰਹੀ ਹੈ ਹਾਲਾਂਕਿ ਵੱਖ ਵੱਖ ਰਾਏ ਵਾਲੇ ਲੋਕ ਹਰ ਜਗ੍ਹਾ 'ਤੇ ਹੁੰਦੇ ਨੇ ਅਤੇ ਐਸਾ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਜਿੱਥੇ ਕਈ ਲੋਕ ਨੇ ਜੋ ਕਿ ਹੁਣ ਇਸ ਲੜਕੀ ਨੂੰ ਇਨਾਮ ਦੇਣ ਤੱਕ ਦੀ ਗੱਲ ਕਰ ਚੁੱਕੇ ਨੇ ਅਤੇ ਐਸਾ ਹੀ ਇੱਕ ਵਪਾਰੀ 1 ਲੱਖ ਰੁਪਏ ਦੇ ਇਨਾਮ ਦੇਣ ਦੀ ਗੱਲ ਕਰ ਚੁੱਕਿਆ ਹਾਲਾਂਕਿ ਇਸ ਸਾਰੀ ਘਟਨਾ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਡੀਲ ਕੀਤਾ ਜਾਣਾ ਚਾਹੀਦਾ ਸੀ ਜੇਕਰ ਉਸ ਅਧਿਕਾਰੀ ਨੂੰ ਉਸ ਮਹਿਲਾ ਕਾਂਸਟੇਬਲ ਨੂੰ ਨਾਰਾਜ਼ਗੀ ਸੀ ਤਾਂ ਕੀ ਇਹ ਥੱਪੜ ਮਾਰਨ ਦਾ ਜੋ ਇਲਜ਼ਾਮ ਲਗਾਇਆ ਜਾ ਰਿਹਾ ਕਿ ਇਹ ਤਰੀਕਾ ਸਹੀ ਸੀ ਜੇਕਰ ਉਸਨੇ ਥੱਪੜ ਨਹੀਂ ਮਾਰਿਆ ਤਾਂ ਇਸ ਦੀ ਜਾਂਚ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ ਸਸਪੈਂਡ ਤਾਂ ਉਸਨੂੰ ਕੀਤਾ ਜਾ ਚੁੱਕਿਆ ਜੇਕਰ ਉਸਨੇ ਥੱਪੜ ਨਹੀਂ ਮਾਰਿਆ ਤਾਂ ਕੀ ਉਸਨੂੰ ਦੁਬਾਰਾ ਨੌਕਰੀ 'ਤੇ ਬਹਾਲ ਕੀਤਾ ਜਾਏਗਾ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਕਿ ਜਵਾਬ ਆਉਣੇ ਬਾਕੀ ਨੇ ਅਤੇ ਸਾਡੇ ਨਾਲ ਜਿਸ ਤਰ੍ਹਾਂ ਕਿ ਗੱਲ ਕਰ ਰਹੇ ਸੀ ਅਮਰਪਾਲ ਸਿੰਘ ਬੈਂਸ ਤਾਂ ਲੰਬੇ ਸਮੇਂ ਤੋਂ ਤੁਸੀਂ ਇਸੇ ਤਰੀਕੇ ਦੇ ਨਾਲ ਪੱਤਰਕਾਰੀ ਦੇ ਖੇਤਰ 'ਚ ਵਿਚਰਦੇ ਰਹੇ ਹੋ ਸਮਾਂ ਤੁਸੀਂ ਕਾਲਾ ਦੌਰ ਵੀ ਦੇਖਿਆ ਸਮਾਜ ਦਾ ਵੀ ਦੇਖ ਰਹੇ ਹੋ ਇੱਕ ਐਸੀ ਘਟਨਾ ਨੂੰ ਲੈ ਕੇ ਕੰਪੇਅਰ ਕਰ ਦੇਣਾ ਕਿ ਹਾਂਜੀ ਉਗਰਵਾਦ ਚੱਲ ਰਿਹਾ ਜਦ ਉਹ ਸਮਾਂ ਸੀ ਉਦੋਂ ਤੋਂ ਹੁਣ ਤੱਕ ਕੀ ਫਰਕ ਲੱਗਦਾ ਹੈ ਕਿ ਕਿੰਨਾ ਜ਼ਿਆਦਾ ਫਰਕ ਪੈ ਚੁੱਕਿਆ ਅਤੇ ਕੀ ਕੰਪੇਅਰ ਕਰਨਾ ਕੋਈ ਸੈਂਸ ਵੀ ਬਣਦੀ ਇਸ ਦੀ ਕਿ ਆ ਬਿਲਕੁਲ ਬੇਤੁਕੀ ਗੱਲ ਦੇਖੋ ਜੇ ਕੰਗਣਾ ਰਣੌਤ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਕੰਗਣਾ ਰਣੌਤ ਨੂੰ ਕੋਈ ਇਸ ਤਰ੍ਹਾਂ ਦਾ ਮੈਂ ਸਮਝਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ ਕਿ ਉਹ ਪੰਜਾਬ ਦੇ ਬਾਰੇ ਜਾਂ ਪੰਜਾਬ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈ ਪ੍ਰਗਟ ਕਰੇ ਕਿ ਉਗਰਵਾਦ ਦੀ ਗੱਲ ਕਰਕੇ ਕਿਉਂਕਿ ਉਹ ਨਾ ਤਾਂ ਇਸ ਸੂਬੇ ਨਾਲ ਸੰਬੰਧ ਰੱਖਦੇ ਨੇ ਨਾ ਹੀ ਉਹਨਾਂ ਦਾ ਕੋਈ ਸਿੱਖ ਪੋਲੀਟਿਕਸ ਜਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਇਸ ਤਰੀਕੇ ਨਾਲ
ਕੋਈ ਉਹਨਾਂ ਦਾ ਜਿਹੜੀ ਦੇਣ ਹੈ ਪੰਜਾਬ ਨੂੰ, ਸਿਰਫ ਉਹੀ ਬੰਦਾ ਗੱਲ ਕਰ ਸਕਦਾ ਜੇ ਮੈਂ ਮੈਂ ਆਪਣੇ ਇਸ ਸੂਬੇ ਦੇ ਲਈ ਕੁਛ ਕੀਤਾ ਹੋਵੇ, ਜਾਂ ਮੈਂ ਕੋਈ ਇਸ ਤਰੀਕੇ ਦੀ ਵਿਚਾਰਧਾਰਾ ਰੱਖਦਾ ਹੋਵਾਂ, ਜਾਂ ਮੈਂ ਕੋਈ ਵਿਦਵਾਨ ਹੋਵਾਂ ਕਿ ਮੈਂ ਬਹੁਤ ਪੋਲੀਟਿਕਸ 'ਤੇ, ਉਹ ਤਾਂ ਇੱਕ ਕਲਾਕਾਰ ਹੈ। ਔਰ ਮੈਂ ਤਾਂ ਸਮਝਦਾ ਕਿ ਕਲਾਕਾਰ ਤਾਂ ਰੱਬੀ ਰੂਪ ਹੁੰਦਾ, ਕਲਾਕਾਰ ਨੂੰ ਅਜਿਹੀ ਜਿਹੀ ਕੰਟਰੋਵਰਸੀ 'ਚ ਪੈਣਾ ਨਹੀਂ ਚਾਹੀਦਾ ਸੀ। ਉਹ ਕਿਉਂ ਪਏ ਨੇ, ਕਿਉਂ ਇਸ ਦੇ ਪਿੱਛੇ ਕੀ ਕਾਰਨ ਨੇ, ਇਹ ਵੀ ਲੱਭਣ ਦੀ ਲੋੜ ਹੈ। ਔਰ ਇਹ ਘਟਨਾ ਕਿਉਂ ਵਾਪਰੀ ਆ, ਔਰ ਘਟਨਾ ਇਹ ਇਸ ਤਰੀਕੇ ਨਾਲ ਕਈ ਵਾਰ ਇਹ ਲੱਗਦਾ ਕਿ ਸੈਂਟੀਮੈਂਟਸ ਵੀ ਉੱਭਰ ਆਉਂਦੇ ਨੇ ਕਈ ਵਾਰ ਮੌਕੇ ਦੇ ਉੱਤੇ, ਪਰ ਕਿਤੇ ਨਾ ਕਿਤੇ ਇਸ ਗੱਲ ਦੀ ਕੰਗਣਾ ਨੂੰ ਵੀ ਇਹ ਪੜਚੋਲ ਕਰਨ ਦੀ ਲੋੜ ਹੈ ਕਿ ਉਹ, ਕਿਉਂਕਿ ਜਿਹੜਾ ਪੰਜਾਬ ਹੈ ਔਰ ਪੰਜਾਬ ਔਰ ਜਿਹੜੇ ਹੋਰ ਸਟੇਟ ਨੇ ਉਹਨਾਂ ਦੀ ਜਿਹੜੀ ਇੱਕ ਤਰ੍ਹਾਂ ਦਾ ਵਿਚਾਰ ਨੇ ਉਹ ਆਪੋ ਆਪਣੇ ਵੱਖਰੇ ਵੱਖਰੇ ਨੇ। ਹਿਮਾਚਲ ਦੇ ਵਿੱਚ ਹਿਮਾਚਲ ਦੇ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਕਰਨ ਦਾ ਉਹਨਾਂ ਨੂੰ ਅਧਿਕਾਰ ਹੈ, ਕਿਉਂਕਿ ਉੱਥੋਂ ਦੇ ਬਸਿੰਦਾ ਨੇ ਉਹ ਔਰ ਉੱਥੋਂ ਚੁਣੇ ਗਏ ਨੇ, ਉਹ ਸਟੇਟ ਦੀ ਉਹ ਗੱਲ ਕਰ ਸਕਦੇ ਨੇ। ਦੂਸਰੀ ਸਟੇਟ ਦੇ ਵਿੱਚ ਇਸ ਤਰੀਕੇ ਦਾ ਦੇਣਾ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਸੋਚਣ ਦੀ ਲੋੜ ਹੈ। ਮੈਡਮ ਥੋੜ੍ਹਾ ਇੱਕ ਸੈਕਿੰਡ, ਆਪਕੋ ਵੇਟ ਕਰਨਾ ਪੜੇਗਾ, ਥੋੜ੍ਹੇ ਕੋਈ ਬਾਤ ਨਹੀਂ, ਸਭ ਇਸ ਨੂੰ ਆਪਣਾ ਇਸਦੇ ਨਾਲ ਸਿੱਧੇ ਤੌਰ 'ਤੇ ਲੋਕਾਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਨੇ। ਫਿਲਹਾਲ ਹੁਣ ਅਸੀਂ ਤੁਹਾਡੇ 'ਤੇ ਇਹ ਗੱਲ ਛੱਡਦੇ ਹਾਂ ਕਿ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ, ਸਸਪੈਂਡ ਕੀਤਾ ਗਿਆ ਹੈ ਜੋ ਕੁਲਵਿੰਦਰ ਕੌਰ ਨੂੰ, ਕੀ ਕੀਤਾ ਜਾਣਾ ਚਾਹੀਦਾ ਸੀ ਸਸਪੈਂਡ, ਜਾਂ ਫਿਰ ਇਸ ਤੋਂ ਬਿਨਾਂ ਐਕਸ਼ਨ ਦੇ ਵਿੱਚ ਪਹਿਲਾਂ ਜਾਂਚ ਹੋ ਕੇ ਫਿਰ ਬਾਅਦ ਦੇ ਵਿੱਚ ਐਕਸ਼ਨ ਲਿਆ ਜਾਣਾ ਚਾਹੀਦਾ ਸੀ? ਇਹ ਸਾਰੇ ਕੁਝ ਐਸੇ ਸਵਾਲ ਨੇ ਜੋ ਇਸ ਸਮੇਂ ਲੋਕਾਂ ਦੇ ਸਾਹਮਣੇ ਨੇ, ਭਾਵੇਂ ਫਿਰ ਗੱਲ ਕਰ ਲਈਏ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ, ਜਾਂ ਫਿਰ ਹੋਰ ਭਾਈਚਾਰੇ ਦੀ, ਜਾਂ ਫਿਰ ਪੰਜਾਬੀਆਂ ਦੀ, ਕਿਉਂਕਿ ਪੰਜਾਬ ਦੇ ਵਿੱਚ ਇਕੱਲੇ ਕਿਸਾਨ ਨਹੀਂ ਵੱਸਦੇ, ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ, ਸਾਰੇ ਖਿੱਤਿਆਂ ਦੇ ਲੋਕ, ਸਾਰੇ ਕੰਮਾਂ ਦੇ ਲੋਕ ਵੱਸਦੇ ਨੇ ਜੋ ਕਿ ਪੰਜਾਬ ਨੂੰ ਬਹੁਤ ਪਿਆਰ ਕਰਦੇ ਨੇ। ਪੰਜਾਬ ਪੰਜਾਬੀ, ਪੰਜਾਬੀਅਤ ਦਾ ਨਾਰਾ ਪੰਜਾਬ ਦੇ ਵਿੱਚ ਚੱਲਦਾ, ਅਤੇ ਉਸ ਤੋਂ ਬਾਅਦ ਐਸੇ ਇਲਜ਼ਾਮ ਲਗਾਉਣੇ ਤਾਂ ਜਾਇਜ਼ ਬਿਲਕੁਲ ਨਹੀਂ ਠਹਿਰਾਏ ਜਾ ਸਕਦੇ। ਹਾਲਾਂਕਿ ਦੂਸਰੇ ਪਾਸੇ ਜੇਕਰ ਦੇਖੀਏ ਤਾਂ ਕੰਗੜਾ ਦੇ ਵੱਲੋਂ ਜੋ ਇਲਜ਼ਾਮ ਲਗਾਇਆ ਗਿਆ ਗੰਭੀਰ ਉਹ ਵੀ ਹੈ ਕਿ ਆਖਿਰਕਾਰ ਜੇ ਥੱਪੜ ਮਾਰਿਆ ਗਿਆ ਤਾਂ ਉਹ ਕਿਹਨਾਂ ਹਾਲਾਤਾਂ ਦੇ ਵਿੱਚ ਮਾਰਿਆ ਗਿਆ। ਫਿਲਹਾਲ ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਧੰਨਵਾਦ। ਮੈਡਮ ਥੋੜ੍ਹਾ ਇੱਕ ਸੈਕਿੰਡ, ਆਪਕੋ ਵੇਟ ਕਰਨਾ ਪੜੇਗਾ, ਥੋੜ੍ਹੇ ਕੋਈ ਬਾਤ ਨਹੀਂ, ਸਭ ਇਸ ਨੂੰ ਆਪਣਾ नमस्ते दोस्तों, मुझे बहुत ज़्यादा फ़ोन कॉल्स आ रहे हैं मीडिया के भी और मेरे शुभचिंतकों के भी। सबसे पहले तो आई एम सेफ, आई एम परफेक्टली फाइन। आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ। वहाँ पे मैं सिक्योरिटी चेक करके जैसे ही निकली तो दूसरे कैबिन में जो महिला थी, जो सुरक्षा कर्मचारी थी CISF की, उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी। और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं। और आई एम सेफ, बट माय कंसर्न इज़ कि जो आतंकवाद और उग्रवाद पंजाब में बढ़ रहा है, हाउ डू वी हैंडल दैट।